ਗੱਡੀਆਂ ਦਾ ਸ਼ੌਂਕ ਰੱਖਦੇ ਹੋ? ਹੈ ਕੋਈ ਸ਼ੌਂਕ ਵੀ? ਮੈਨੂੰ ਕੋਈ ਸ਼ੌਂਕ ਨਹੀਂ, ਮੇਰੇ ਮੁੰਡਿਆਂ ਨੂੰ ਸ਼ੌਂਕ ਹੈ, ਸਾਡਾ ਬਾਪੂ ਚੰਗੀ ਗੱਡੀ ਦੇ ਚੱਲੇ। ਫਿਰ ਉਹਨਾਂ ਦੀ ਰੀਝ ਪੂਰੀ ਕਰਦੇ ਹੋ? ਉਹ ਮੇਰੀਆਂ ਰੀਝਾਂ ਪੂਰੀਆਂ ਕਰਦੇ ਹੋ। ਤਾਂ ਬੇਟਾ ਜਦੋਂ ਸਿਆਸਤ ਦੇ ਵਿੱਚ ਆਇਆ, ਉਹਨਾਂ ਨੇ ਫੈਸਲਾ ਆਪ ਕੀਤਾ ਜਾਂ ਤੁਸੀਂ ਕਿਹਾ ਵੀ ਨਹੀਂ ਹੁਣ ਇਹ ਵਿਰਾਸਤ ਹੈ ਸਾਂਭਣੀ ਪਏਗੀ? ਕਿਸ ਤਰ੍ਹਾਂ ਡਿਸਕਸ਼ਨ ਤਾਂ ਹੋਈ ਹੋਣੀ ਉਦੋਂ ਪਹਿਲਾਂ ਹੀ? ਚਾਰ ਬੇਟੇ ਹੋ, ਇੱਕ ਬੰਦੇ ਨੂੰ ਪੋਲਿਟਿਕਸ ਤੁਹਾਡੇ ਚੋਂ ਕਰਨੀ ਚਾਹੀਦੀ ਹੈ। ਮੈਂ ਬੜੀ ਮਿਹਨਤ ਕਰਦਾ, ਮੈਨੂੰ ਸਾਂਭਣਾ ਚਾਹੀਦਾ, ਅਤੇ ਤੂੰ ਆ ਜਾ। ਇੰਦਰ ਹੋ ਗਿਆ, ਕਹਿੰਦਾ ਨਾ ਮੈਂ ਨਹੀਂ ਕਰਨੀ ਰਾਜਨੀਤੀ, ਮੈਂ ਬਿਜ਼ਨਸ ਕਰਨਾ। ਮੈਂ ਚੱਲ ਠੀਕ ਹੈ, ਬਾਕੀਆਂ ਨੂੰ ਪੁੱਛਿਆ ਮੋਢੇ ਜਿਹੇ ਮਾਰ ਦੇਣ। ਕੋਈ ਦਿੱਗਜ ਲੀਡਰ, ਉਹਨਾਂ ਨੇ ਕਹਿਤਾ ਰਾਣੇ ਰਾਜੇ ਰਹਿਣ ਨਹੀਂ ਦਿੰਦੇ। ਮੈਂ ਕਿਹਾ ਰਾਜੇ ਦਾ ਤਾਂ ਪਤਾ ਨਹੀਂ, ਰਾਣਾ ਰਹੂ। ਮੈਂ ਬਿਠਾ ਲਿਆ ਚਾਰੋ ਚਾਰੋ, ਮੈਂ ਕਿਹਾ ਕਦੋਂ ਆਊਂਗੇ ਜਦੋਂ ਪਿਓ ਦੀ ਪੱਗ ਲਾ ਦੇਣਗੇ? ਆਓ ਇੱਕ ਜਣਾ, ਪਾਰਟੀ ਤੋਂ ਟਿਕਟ ਮੰਗੀ ਨਹੀਂ ਦਿੱਤੀ। ਚਲੋ ਫਿਰ ਲੋਕਾਂ ਨੇ ਸਾਥ ਬੜਾ ਦਿੱਤਾ ਹੋਇਆ ਮੇਰੇ ਨਾਲ। ਰਾਣਾ ਗੁਰਜੀਤ ਦੀ ਮੁੱਛ ਜਦੋਂ ਦੇਖੋ ਖੜੀ ਰਹਿੰਦੀ ਹੈ ਹਰ ਟਾਈਮ, ਚਾਹੇ ਤੁਸੀਂ ਦਿਨ 'ਚ ਦੇਖ ਲਓ, ਚਾਹੇ ਕਹਿੰਦੇ ਸ਼ਾਮ ਨੂੰ ਆ ਕੇ ਮਿਲ ਲਿਓ, ਇਹ ਚੜ੍ਹਤ ਇੱਦਾਂ ਹੀ ਬਰਕਰਾਰ ਰਹੀ ਹੈ? ਮੁੱਛਾਂ ਕੁੰਡੀਆਂ ਰੱਖਣ ਦਾ ਪਹਿਲਾਂ ਤੋਂ ਹੀ ਸ਼ੌਂਕ ਰੱਖਦੇ ਹੋ? ਮੁੱਛ ਵੀ ਦੋ ਕਿਸਮ ਦੀ, ਜਿਹੜੀਆਂ ਦਿਸਦੀਆਂ ਆਰਟੀਫਿਸ਼ਲ ਵੀ ਹੋ ਸਕਦੀ, ਮੇਰੀਆਂ ਉੱਪਰ ਕੀਤੀਆਂ। ਜੀ ਜੀ ਜੀ, ਬੰਦੇ ਦਾ ਕਰਤਾਰ ਫਸ ਗਈ ਤਾਂ ਫਿਰ ਉਹ ਗੱਲ ਵੱਖਰੀ ਆ। ਨਾਰਮਲੀ ਇਧਰੋਂ ਗੱਲ ਸੁਣੀ ਦੀ ਆ, ਕਈ ਦਫ਼ਾ ਲੜ ਵੀ ਪਈਦਾ, ਉਹਨੂੰ ਡਾਂਟ ਵੀ ਦੇਈਦਾ, ਪੰਜਾਂ ਮਿੰਟਾਂ ਬਾਅਦ ਨਾਰਮਲ ਤੇ ਉਹ ਜੋ ਹੋਇਆ ਨੂੰ ਪੁੱਛੋ ਛੱਡ। ਕਿਤੇ ਕਿਤੇ ਕੁੰਡੀ ਇਹੋ ਜਿਹੀ ਫਸ ਜਾਂਦੀ ਆ, ਫਿਰ ਨਵਾਉਣੀ ਪੈਂਦੀ ਆ, ਢੋਲ ਵਜਾਉਣਾ ਪੈਂਦਾ ਜੇ ਗੱਲ 'ਚ ਪੈ ਗਿਆ ਭਾਈ। ਕਈ ਦਾ ਮਤੇ ਫਸੀ ਵੀ ਆ, ਫਿਰ ਕਹਿੰਦੇ ਬੰਦਿਆਂ ਦੀ ਫਸਣੀ ਆ। ਸਤਿ ਸ਼੍ਰੀ ਅਕਾਲ ਜੀ, D5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਪ੍ਰਭ ਸਿੱਧੂ। ਜੇ ਗੱਲ ਕਰੀਏ ਅੜਕ ਤੇ ਮੜਕ ਦੀ ਪੋਲੀਟਿਕਸ ਦੇ ਵਿੱਚ, ਤਾਂ ਇੱਕੋ ਇੱਕ ਨਾਮ ਸਾਹਮਣੇ ਆਉਂਦਾ, ਰਾਣਾ ਗੁਰਜੀਤ। ਅੱਜ ਰਾਣਾ ਗੁਰਜੀਤ ਸਿੰਘ ਹੁਣਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ। ਸਤਿ ਸ਼੍ਰੀ ਅਕਾਲ ਪ੍ਰਭ ਜੀ। ਸਤਿ ਸ਼੍ਰੀ ਅਕਾਲ, ਬਹੁਤ ਵਧੀਆ, ਤੁਸੀਂ ਸੁਣਾਓ? ਪਹਿਲੀ ਵਾਰ ਮਿਲੇ ਆ, ਮੈਂ ਤੁਹਾਡੀਆਂ ਗੱਲਾਂ ਨਾਲ ਬੜਾ ਇੰਪ੍ਰੈਸ ਹੋਇਆ। ਧੰਨਵਾਦ ਸਰ, ਬਹੁਤ ਬਹੁਤ। ਹੋਰ ਸਰ, ਕੀ ਹਾਲ ਚਾਲ ਨੇ, ਕਿੱਦਾਂ ਚੱਲ ਰਹੀ ਜ਼ਿੰਦਗੀ? ਜ਼ਿੰਦਗੀ ਬੜੀ ਵਧੀਆ, ਮਾਲਕ ਦੀ ਬਹੁਤ ਕਿਰਪਾ ਹੈ, ਬਹੁਤ ਕਿਰਪਾ ਜੀ, ਸ਼ੁਕਰ ਹੈ। ਜੇਕਰ ਆਪਾਂ ਗੱਲ ਕੀਤੀ ਹੈ ਅੜਕ ਤੇ ਮੜਕ ਦੀ, ਕਹਿੰਦੇ ਰਾਣਾ ਗੁਰਜੀਤ ਹੁਣਾਂ ਦੀ ਅੜਕ ਮੜਕ ਭਾਵੇਂ ਜੋ ਮਰਜ਼ੀ ਹੋ ਜਾਏ, ਅਸੀਂ ਸੱਤਾ 'ਚ ਹੋਈਏ ਨਾ ਹੋਈਏ, ਉਹ ਬਰਕਰਾਰ ਹੀ ਰਹਿੰਦੀ ਹੈ। ਅੜਕ ਮੜਕ ਦੇ ਪਿੱਛੇ ਕੋਈ ਖਾਸ ਵਜ੍ਹਾ ਜਾਂ ਫਿਰ ਲਹਿਜਾ ਹੀ ਇਸ ਤਰ੍ਹਾਂ ਦਾ ਹੀ? ਗੱਲ ਹੈ ਕਿ ਵੀ ਜਿਹੜੇ ਲੋਕ ਕਈ ਦਫ਼ਾ ਮੈਨੂੰ TV ਤੇ ਵੇਖਦੇ ਆ, ਉਹਨਾਂ ਨੂੰ ਇਹ ਲੱਗਦਾ ਕਿ ਆਕੜਖੋਰ ਹੈ ਜੀ, ਲੇਕਿਨ ਮੈਂ ਸਮਝਦਾ ਮੇਰੇ ਵਰਗਾ ਸਿੰਪਲ ਬੰਦਾ ਕੋਈ ਜੀ। ਆਪਾਂ ਜ਼ਮੀਨ ਨਾਲ ਜੁੜੇ ਹੋ, ਸਾਰੀ ਉਮਰ ਮਿਹਨਤ ਕੀਤੀ ਆ, ਮਿਹਨਤ ਕਰਕੇ ਰਾਜਨੀਤੀ 'ਚ ਜੀ, ਮਿਹਨਤ ਕਰਕੇ ਜੋ ਹੈ ਸਾਰਾ ਕੁਛ ਹੈ, ਔਰ ਜੇ ਰਾਜਨੀਤੀ 'ਚ ਆਏ ਹਾਂ ਤਾਂ ਉਹ ਵੀ ਹੁਣ ਮਿਹਨਤ ਹੀ ਕਰ ਰਹੇ। 24 ਸਾਲ ਹੋ ਗਏ ਸਾਡੇ ਲਈ, ਮੇਰੇ ਲਈ ਜੀ, ਮੇਰੀ ਕੌਨਸਟੀਚੁਐਂਸੀ 'ਚੋਂ ਵੱਧ ਕੋਈ ਚੀਜ਼ ਨਹੀਂ। ਮੈਨੂੰ ਕੋਈ ਜ਼ਿੰਮੇਵਾਰੀ ਮਿਲੇ, ਛੋਟੀ ਮਿਲੇ ਵੱਡੀ ਮਿਲੇ, ਉਹਨੂੰ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਦਾ ਜੀ। ਫਿਰ ਮੰਜੇ 'ਤੇ ਜਦੋਂ
ਸਿਰ ਰੱਖੀਏ ਨਾ, ਪਤਾ ਨਹੀਂ ਲੱਗਦਾ ਕਦੋਂ ਨੀਂਦ ਆ ਗਈ। ਮਿਹਨਤ ਕਰਦੇ ਹੋ ਨਾ? ਹਾਂ, ਬਸ ਮਿਹਨਤ ਕਰਨੀ ਚਾਹੀਦੀ ਹੈ, ਨੀਂਦ ਵੀ ਵਧੀਆ ਆਉਂਦੀ ਹੈ। ਜੀ ਬਿਲਕੁਲ। ਸਰ ਇੱਕ ਨਾ ਸਵਾਲ ਇਹ ਹੈ ਕਿ ਰਾਣਾ ਗੁਰਜੀਤ, ਇਹ ਗੁਰਜੀਤ ਸਿੰਘ ਰਾਣਾ ਵੀ ਹੋ ਸਕਦਾ ਸੀ, ਪਰ ਨਾਂ ਦੇ ਅੱਗੇ ਰਾਣਾ ਪਰਿਵਾਰ ਤੋਂ ਚੱਲਦਾ ਆ ਰਿਹਾ ਜਾਂ ਕੋਈ ਹੋਰ ਕਾਰਨ? ਇਹ ਸਾਡਾ ਗੋਤਰ ਆ ਜੀ, ਲੇਕਿਨ ਗੋਤ ਆਪਾਂ ਜ਼ਿਆਦਾਤਰ ਪੰਜਾਬ ਦੇ ਵਿੱਚ ਸਿੰਘ ਦੇ ਬਾਅਦ ਗੋਤ ਲਿਖਦੇ ਆ, ਲੇਕਿਨ ਸਾਡਾ ਪਿਤਾ ਪੁਰਖੀ ਰਾਣਾ ਹੋਣ ਦੇ ਨਾਤੇ ਆ ਕਿ ਮੇਰੇ ਫਾਦਰ ਵੀ ਰਾਣਾ, ਮੇਰੇ ਦਾਦਾ ਜੀ ਦਾ ਨਾਂ ਰਾਣਾ ਉਜਾਗਰ ਸਿੰਘ ਸੀ। ਅੱਛਾ ਜੀ। ਮੇਰੇ ਫਾਦਰ ਦਾ, ਮੇਰੇ ਤਾਇਆਂ ਦਾ ਰਾਣਾ ਜੋਗਿੰਦਰ ਸਿੰਘ, ਰਾਣਾ ਉਜਾਗਰ, ਦਲਜੀਤ ਸਿੰਘ, ਅਤੇ ਅਸੀਂ ਵੀ ਉਦਾਂ ਹੀ ਉਹਨਾਂ ਨੇ ਲਿਖਿਆ ਲਿਖਦੇ ਆਏ ਅਤੇ ਵਿਰਾਸਤ 'ਚ ਹੀ ਮਿਲਿਆ। ਜੀ, ਸੋ ਗੱਲਬਾਤ ਜੇਕਰ ਕਰੀਏ ਤਾਂ ਉੱਤਰਾਖੰਡ ਦੇ ਵਿੱਚ ਜਨਮ ਹੁੰਦਾ ਹੈ, ਯੂਪੀ ਦੇ ਵਿੱਚ ਕਾਰੋਬਾਰ, ਜ਼ਮੀਨਾਂ, ਪੰਜਾਬ ਦੇ ਵਿੱਚ ਆ ਕੇ ਸਿਆਸਤ। ਰਾਣਾ ਜੀ, ਇਹ ਪੂਰਾ ਸਰਕਲ ਕਿਉਂ ਘੁੰਮ ਰਿਹਾ? ਮਤਲਬ ਯੂਪੀ ਤੋਂ ਪੰਜਾਬ ਸਫ਼ਰ, ਉਸ ਤੋਂ ਬਾਅਦ ਇੱਥੋਂ ਕੰਸਟੀਚੁਐਂਸੀ ਲੜੇ, ਤੁਸੀਂ ਅਲੱਗ ਅਲੱਗ ਕਿਉਂ, ਯੂਪੀ ਦੇ ਵਿੱਚ ਸਟੇ ਕਿਉਂ ਨਹੀਂ, ਜਾਂ ਫਿਰ ਇਹ ਕਹਿ ਲਓ ਕਿ ਉੱਤਰਾਖੰਡ ਤੋਂ ਯੂਪੀ ਜਾਣ ਦਾ ਕੋਈ ਕਾਰਨ? ਪਹਿਲਾਂ ਤਾਂ ਗੱਲ ਇਹ ਆ ਵੀ ਉੱਤਰਾਖੰਡ ਯੂਪੀ ਦਾ ਹਿੱਸਾ ਸੀ ਜੀ, ਅਤੇ ਮੈਂ ਪੈਦਾ ਯੂਪੀ 'ਚ ਹੋਇਆ, ਮੇਰਾ ਫਾਰਮ ਉੱਤਰਾਖੰਡ 'ਚ ਆ, ਡਿਵੀਜ਼ਨ ਹੋ ਗਈ ਨਾ ਜੀ, ਅਤੇ ਉਹ ਹਿੱਸਾ ਉੱਤਰਾਖੰਡ 'ਚ ਚਲਾ ਗਿਆ, ਅਤੇ ਯੂਪੀ ਉੱਤਰਾਖੰਡ 'ਚ ਕੋਈ ਫਰਕ ਨਹੀਂ। ਔਰ ਜਿੱਥੇ ਤਈ ਯੂਪੀ ਤੋਂ ਉੱਤਰਾਖੰਡ, ਉੱਤਰਾਖੰਡ ਤੋਂ ਪੰਜਾਬ, ਸਹੀ ਮੈਨੇਜ ਤਾਂ ਪੰਜਾਬ ਤੋਂ ਨਿਊਜ਼ੀਲੈਂਡ ਮੇਰੇ ਦਾਦਾ ਜੀ ਗਏ, ਹਾਂਜੀ, ਮੇਰੇ ਪਿਤਾ ਜੀ ਵੀ ਉੱਥੇ ਰਹੇ, ਅਤੇ ਹਿੰਦੁਸਤਾਨ ਨੇ ਆਜ਼ਾਦ 1942 'ਚ ਪਤਾ ਲੱਗਿਆ ਸੀ ਕਿ ਵੀ ਸੈਕਿੰਡ ਵਰਲਡ ਵਾਰ ਦੇ ਬਾਅਦ ਗੱਲਾਂ ਚੱਲਣ ਲੱਗ ਪਈਆਂ ਕਿ ਆਜ਼ਾਦ ਹੋ ਜਾਣਾ ਜੀ ਮੁਲਕ ਨੇ, ਅਤੇ 1944 'ਚ ਵਾਪਸ ਆ ਗਏ। ਉਸ ਵੇਲੇ ਮੇਰੇ ਦਾਦਾ ਜੀ ਦਾ ਦੇਹਾਂਤ ਹੋ ਚੁੱਕਿਆ ਸੀ 1937 'ਚ, ਸੋ ਮੇਰੇ ਤਾਏ ਚਾਚੇ, ਮੇਰੇ ਫਾਦਰ, ਇਹਨਾਂ ਫੈਸਲਾ ਕੀਤਾ ਕਿ ਆਪਾਂ ਆਪਣੇ ਮੁਲਕ 'ਚ ਹੀ ਜਾਣਾ ਵਾਪਸ। ਇੱਥੇ ਆ ਗਏ, ਜ਼ਮੀਨਾਂ ਲੱਭਦੇ ਰਹੇ, ਪਾਕਿਸਤਾਨ ਤਾਂ ਹੀ ਜ਼ਮੀਨਾਂ, ਅੱਜ ਪਾਕਿਸਤਾਨ, ਉਹ ਫਿਰ ਪੰਜਾਬ 'ਚ ਪਰਲੇ ਬੰਨੇ, ਲਾਹੌਰ ਤੋਂ ਪਾਰ, ਤੁਸੀਂ ਲਾਹੌਰੀ ਹੋ ਨਾ, ਲਾਹੌਰੋਂ ਪਾਰ ਜ਼ਮੀਨ ਦੇਖਦੇ ਰਹੇ, ਲੇਕਿਨ ਕਿਸਮਤ 'ਚ ਨਹੀਂ ਸੀ, ਪਾਰਟੀਸ਼ਨ ਹੋ ਜਾਂਦੀ ਆ, ਅਤੇ ਫਿਰ ਖੁੱਲ੍ਹੀਆਂ ਜ਼ਮੀਨਾਂ, ਅਤੇ ਜਾਂ ਮੱਧ ਪ੍ਰਦੇਸ਼ ਸੀ ਜਾਂ ਯੂਪੀ ਚੋਇਸ ਜੀ, ਅਤੇ ਦੇ ਆਪਟਡ ਫੋਰ ਯੂਪੀ ਜੀ, ਅਤੇ ਯੂਪੀ 'ਚ ਫਿਰ ਆਪਾਂ ਜ਼ਮੀਨ ਦੇ ਰਹੇ ਜੀ। ਗੱਲ ਸਿਆਸਤ ਦੀ ਐਂਟਰੀ ਦੀ ਕਰੀਏ ਤਾਂ ਕਹਿੰਦੇ ਵੀ ਬੜੇ ਸਿਆਸਤਦਾਨਾਂ ਦਾ ਤੁਹਾਡੇ ਮੋਢੇ 'ਤੇ ਹੱਥ ਰਿਹਾ ਜਿਹਦੇ ਕਰਕੇ ਤੁਹਾਡੀ ਸਿਆਸਤ 'ਚ ਐਂਟਰੀ ਹੋਈ ਹੈ, ਬਾਦਲ ਪਰਿਵਾਰ ਦੇ ਨਾਲ ਵੀ ਪਹਿਲਾਂ ਤੁਹਾਡੀ ਨਜ਼ਦੀਕਤਾ ਸੀ, ਪਰ ਸਹੀ ਮਾਇਨਿਆਂ 'ਚ ਸਿਆਸਤ ਦੇ ਵੱਲ ਰੁੱਖ ਕਿਉਂ ਹੋਇਆ? ਕਦੋਂ ਤੁਹਾਡਾ ਦਿਲ ਹੋਇਆ ਵੀ ਹੁਣ ਸਿਆਸਤ ਦੇ ਵਿੱਚ ਐਂਟਰੀ ਕੀਤੀ ਜਾਵੇ? ਦੇਖੋ, ਮੈਂ ਯੂਪੀ 'ਚੋਂ ਜਿੱਥੋਂ ਆਉਣਾ ਜੀ, ਨਰਿੰਦਰ ਤਿਵਾੜੀ ਸਾਡੇ MLA ਹੁੰਦੇ ਸੀ, ਅਤੇ ਪੰਜ ਬੰਦੇ ਸੀ ਬਾਜਪੁਰ 'ਚ ਜਿਨ੍ਹਾਂ ਨੇ, ਜਿਨ੍ਹਾਂ ਕਰਕੇ ਜਿੱਦਾਂ ਤੁਹਾਡੇ ਸਪੋਰਟਰ ਤਕੜੇ ਹੋਣ ਨਾ ਤਾਂ ਤੁਸੀਂ ਬੇਪਰਵਾਹ ਹੋ ਜਾਂਦੇ ਜੀ, ਅਤੇ ਤਿਵਾੜੀ ਜੀ ਹਾਰਿਓ ਸੀ, ਉਹਦੇ ਬਾਅਦ ਮੇਰੇ ਪਿਤਾ ਜੀ ਔਰ ਚਾਰ ਹੋਰ ਲੋਕ, ਇਹਨਾਂ ਤਨਦੇਹੀ ਨਾਲ ਉਹਨਾਂ ਦੀ ਮਦਦ ਕੀਤੀ, MLA ਬਣੇ, ਅਤੇ ਸਿਆਸਤ ਕਰਨੀ ਹੁੰਦੀ ਮੈਂ ਉੱਥੇ ਵੀ ਕਰ ਸਕਦਾ ਸੀ, ਅਤੇ ਮੇਰੇ ਮਨ 'ਚ ਸੀਗਾ ਕਿ ਮੈਂ ਕਾਰਖਾਨਾ ਲਾਉਣਾ, ਅਤੇ ਪੰਜਾਬ 'ਚ ਆ ਗਿਆ, ਅਤੇ ਮੈਨੂੰ ਸਰਦਾਰ ਬੇਅੰਤ ਸਿੰਘ, ਅਵਤਾਰ ਸਿੰਘ ਬਰਾੜ ਨਹੀਂ ਰਹੇ, ਉਹ ਮੈਨੂੰ ਸੁਨੇਹਾ ਲੈ ਕੇ ਆਇਆ ਕਿ ਤੈਨੂੰ ਬਿਆਸ ਤੋਂ ਟਿਕਟ ਦਵਾ ਦਈਏ, ਮੈਂ ਬਿਆਸ ਸ਼ੂਗਰ ਮਿਲ ਲਾ ਰਿਹਾ ਸੀ 1991 ਸ਼ੁਰੂ 'ਚ, ਸਰਦਾਰ ਬੇਅੰਤ ਸਿੰਘ ਜੀ ਨੂੰ ਮੈਂ ਮਿਲਿਆ 2-4 ਵਾਰ, ਉਹ ਬੜੇ ਬੰਦੇ ਨੂੰ ਪਰਖਦੇ ਸੀਗੇ, ਅਤੇ ਉਹਨਾਂ ਦਾ ਆਸ਼ੀਰਵਾਦ ਵੀ ਸੀ ਮੇਰੇ 'ਤੇ, ਮੈਨੂੰ ਪਸੰਦ ਕਰਦੇ ਸੀ,
ਅਤੇ ਸੁਨੇਹਾ ਮੈਂ ਕਿਹਾ ਯਾਰ ਮੈਂ ਜੇ ਬਰਾੜ ਸਾਹਿਬ ਸਿਆਸਤ ਕਰਨੀ ਹੋਵੇ ਤਾਂ ਮੈਂ ਯੂਪੀ ਕਰਨੀ ਸੀ, ਇੱਥੇ ਮੈਂ ਰੋਜ਼ੀ ਰੋਟੀ ਲਈ ਆਇਆ, ਕਾਰੋਬਾਰ ਸੈੱਟ ਕਰਨ ਲਈ ਆਇਆ ਜੀ। ਅਤੇ ਮੈਨੂੰ ਕੀ ਪਤਾ ਸੀ ਵੀ ਮੈਨੂੰ ਅੱਛਾ ਹੋਰ 1997 ਦੇ ਵਿੱਚ ਜੀ ਇੱਥੇ ਦੇ ਇੰਚਾਰਜ ਇਲੈਕਸ਼ਨ ਦੇ ਨਾਰਾਇਣਦਰ ਤਿਵਾਰੀ ਜੀ ਨੂੰ ਬਣਾਇਆ। ਬ੍ਰੇਕਫਾਸਟ ਟੇਬਲ 'ਤੇ ਬੈਠੇ ਹਾਂ ਮੇਰੇ ਘਰ ਜਲੰਧਰ, ਮੇਰੇ ਕੋਲ ਰੁਕੇ, ਮੈਨੂੰ ਕਹਿੰਦੇ ਯੂ ਵਿਲ ਬੀ ਇਨ ਪੋਲੀਟਿਕਸ ਵਨ ਡੇ। ਮੈਂ ਕਿਹਾ ਜੀ ਇਟਸ ਨੋਟ ਮਾਈ ਕੱਪ ਆਫ ਟੀ। ਕਹਿੰਦਾ ਡੂ ਯੂ ਬਿਲੀਵ ਇਨ ਡੈਸਟੀਨੀ, ਪੰਡਿਤ ਕਹਿ ਰਿਹਾ ਹੈ ਸਰ ਠੀਕ ਹੈ, ਫਿਰ ਆਈ ਟੁੱਕ ਇਟ ਲਾਈਟਲੀ ਜੀ। ਅਤੇ 1999 'ਚ ਮੈਨੂੰ ਕੋਈ ਮਤਭੇਦ ਹੋ ਗਿਆ ਹੈ ਬਾਦਲਾਂ ਨਾਲ, ਅਤੇ ਉਹਦੀ ਵਜ੍ਹਾ ਨਾਲ ਮੈਂ ਰਾਜਨੀਤੀ 'ਚ ਆ ਗਿਆ। ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲੀ ਵਾਰ ਮਿਲਿਆ ਮਾਰਾ ਸਰ ਨੂੰ, ਅੱਛਾ ਜੀ, ਆਦਮਪੁਰ ਇਲੈਕਸ਼ਨ 'ਚ। ਅਤੇ ਉਹਦੇ ਬਾਅਦ ਉਹ ਮੈਂ ਕਿਸੇ ਦੀ ਮਦਦ ਕਰ ਰਿਹਾ ਸੀ ਪੌਂਟੀ ਚੱਡੇ ਦੀ, ਸੁਬੀਰ ਜੀ ਉਹ ਕੈਰੋਂ ਦਾ ਬੰਦਾ ਸੀ, ਉਹ ਸੁਬੀਰ ਇਹਨਾਂ ਦਾ ਸੀਗਾ ਆਪਸ 'ਚ, ਅਤੇ ਮੈਂ ਬਗੈਰ ਮਤਲਬ ਦੇ ਵਿੱਚ ਆ ਗਿਆ, ਮੇਰੇ ਦੋਸਤ ਸੀਗੇ ਜੀ। ਅਤੇ ਉੱਥੋਂ ਫਿਰ ਕੋਈ ਗੱਲਬਾਤ ਹੋ ਗਈ, ਮੈਂ ਕਿਹਾ ਵੀ ਹੁਣ ਸਰਵਾਈਵਲ ਤੇਰਾ ਤਾਂ ਆ ਜੇ ਤੂੰ ਰਾਜਨੀਤੀ 'ਚ ਆਵੇ ਉੱਤਰ ਜਾਓ। ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕੀਤੀ, ਮੈਂ ਮਹਾਰਾਜ ਸਾਹਿਬ ਮੈਂ ਰਾਜਨੀਤੀ ਕਰਨੀ ਚਾਹੁੰਦਾ। ਤੇ ਕਹਿੰਦੇ ਆ ਜਾ, ਪੰਜਾਬ ਨੀਡਸ ਪੀਪਲ ਲਾਈਕ ਯੂ, ਆਈ ਨੀਡ ਯੂ, ਬਸ ਦਿਸ ਇਜ਼ ਹਾਊ ਇਟ ਹੈਪਨਡ। ਬੜ ਗਏ ਵਿੱਚ ਉਹਦੇ ਆ ਗਏ। ਕਦੇ ਲੱਗਿਆ ਰਾਣਾ ਜੀ ਕਿ ਸਿਆਸਤ ਦੇ ਵਿੱਚ ਆਉਣਾ ਸਹੀ ਸੀ ਗਲਤ ਸੀ? ਕਈ ਵਾਰੀ ਬੰਦਾ ਬੈਠਦਾ ਆਪਣੇ ਆਪ ਨੂੰ ਸੋਚਦਾ, ਇੱਕ ਸਮ ਅਪ ਕਰਦਾ, ਕੀ ਲੱਗਦਾ ਕਿ ਸਿਆਸਤ ਦੇ ਵਿੱਚ ਵੜ ਜਾਣਾ ਕਿੱਦਾਂ ਦਾ ਰਿਹਾ? ਦੋ ਪਹਿਲੂ ਨੇ ਇਹਦੇ ਜੀ। ਸਿਆਸਤ ਦਾ ਮਕਸਦ ਔਰ ਜ਼ਿੰਮੇਵਾਰੀਆਂ ਵੱਖਰੀਆਂ, ਗੱਲਾਂ ਹੀ ਹੋਰ ਨੇ, ਦੁਨੀਆਂ ਵੱਖਰੀ ਆ ਜੀ। ਔਰ ਮੈਂ ਬਿਜ਼ਨਸ ਸੀ, ਜੇ ਤਾਂ ਮੈਂ ਬਿਜ਼ਨਸ ਦੇ ਪੱਖ ਨੂੰ ਵੇਖਾਂ ਤਾਂ ਲੋਸਟ ਲੋਟ ਆਫ ਓਪਰਚੁਨਿਟੀਜ਼ ਮੈਂ ਮਹਿਸੂਸ ਕਰਦਾ, ਲੇਕਿਨ ਇਹ ਸਭ ਮਾਲਕ ਦੀਆਂ ਮਰਜ਼ੀਆਂ। ਮੈਂ ਸੋਚਦਾ ਕਿ ਮੈਂ ਬਿਜ਼ਨਸ ਤਰੱਕੀ ਕਰਦਾ, ਲੇਕਿਨ ਮਾਲਕ ਨੂੰ ਮਨਜ਼ੂਰ ਸੀ ਕਿ ਵੀ ਨਹੀਂ ਹੁਣ ਤੂੰ ਸੇਵਾ ਕਰ ਲੋਕਾਂ ਦੀ। ਔਰ ਅੱਜ 24 ਸਾਲ ਹੋ ਗਏ ਰਾਜਨੀਤੀ 'ਚ ਆਇਆ ਜੀ, ਬਿਜ਼ਨਸ ਨਹੀਂ ਵੇਖਿਆ। ਔਰ ਕਾਫੀ ਦੇਰ ਮੇਰਾ ਛੋਟਾ ਬ੍ਰਦਰ ਅਤੇ ਕੰਮ ਆਊਟ ਹੋਤੇ ਸੀ 4 ਸਾਲ, ਫਿਰ ਮੇਰੇ ਬੇਟਾ ਆ ਗਿਆ ਵੱਡਾ ਜੀ 2004 'ਚ। ਕੰਮ ਕੀ ਕਰਦਿਆਂ ਨਫਾ ਨੁਕਸਾਨ ਦੋਵੇਂ ਚੀਜ਼ਾਂ ਹੁੰਦੀਆਂ, ਅਤੇ ਧੱਕੇ ਵੀ ਖਾਧੇ ਉਹਨੇ ਅਤੇ ਫਿਰ ਉਹਨੇ ਮਿਹਨਤ ਵੀ ਕੀਤੀ ਅਤੇ ਮੇਰੇ ਨੂੰ ਵਧੀਆ ਉਹਨੇ ਕੰਮ ਕਰਕੇ ਸੈੱਟ ਕਰਕੇ ਦਿਖਾ ਦਿੱਤਾ। ਬਾਕੀ ਦੇ ਮੁੰਡੇ ਬਹੁਤ ਮਿਹਨਤ ਕਰਦੇ। ਕਹਿਣ ਦਾ ਮੇਰਾ ਮਤਲਬ ਹੈ, ਬੰਦਾ ਸੋਚਦਾ ਕਿ ਮੈਂ ਆਹ ਕੰਮ ਕਰਦਾ ਤਾਂ ਮੈਂ ਇੱਥੇ ਪਹੁੰਚ ਜਾਣਾ ਸੀ, ਅਤੇ ਇਹ ਵੀ ਸੋਚ ਹੁੰਦੀ ਆ। ਹੁਣ ਰਾਜਨੀਤੀ 'ਚ ਆ ਗਏ ਹਾਂ, ਮੈਂ ਸਮਝਦਾ ਰਾਜਨੀਤੀ ਅਗਰ ਸੱਚੇ ਮਨ ਨਾਲ ਕੀਤੀ ਜਾਵੇ ਤਾਂ ਮਨ ਨੂੰ ਬੜੀ ਸੈਟਿਸਫੈਕਸ਼ਨ ਮਿਲਦੀ ਆ। ਤੁਸੀਂ ਲੋਕਾਂ ਦੀ ਮਦਦ ਕਰੋ, ਲੋਕਾਂ ਦੇ ਨਾਲ ਖੜੇ ਹੋ, ਲੋਕਾਂ ਦਾ ਪਿਆਰ ਜਿੱਤੋ। ਔਰ ਬੜਾ ਪਿਆਰ ਕਪੂਰਥਲੇ ਜ਼ਿਲ੍ਹੇ ਨੇ, ਪੰਜਾਬ ਦੇ ਲੋਕਾਂ ਨੇ ਜੀ। ਮੈਂ ਤਾਂ ਬਾਹਰੋਂ ਆਇਆ ਸੀ, ਬਿਲਕੁਲ ਮੇਰਾ ਕੌਣ ਸੀ ਇੱਥੇ, ਮੇਰਾ ਕੋਈ ਰਾਜਨੀਤਿਕ ਪਿਛੋਕੜ ਨਹੀਂ ਆ ਕਿ ਵੀ ਪੰਜਾਬ 'ਚ ਮੇਰੇ ਪਿਤਾ ਜੀ ਵਜ਼ੀਰ ਸੀ, ਇੱਥੇ ਬਹੁਤ ਜਿਹਨਾਂ ਦੇ ਪਿਤਾ ਜੀ ਵਜ਼ੀਰ ਸੀ ਜੀ। ਮੈਂ ਬੜਾ ਪਿਆਰ ਦਿੱਤਾ ਲੋਕਾਂ ਨੇ, ਕਲਾ ਪਿਆਰ ਤੁਹਾਨੂੰ ਨਹੀਂ ਦਿੱਤਾ, ਤੁਹਾਡੇ ਬੇਟੇ ਨੂੰ, ਤੁਹਾਡੇ ਪਰਿਵਾਰ ਨੂੰ ਬੜਾ ਪਿਆਰ ਦਿੱਤਾ। ਬੇਟਾ ਜਦੋਂ ਸਿਆਸਤ ਦੇ ਵਿੱਚ ਆਇਆ, ਉਹਨਾਂ ਨੇ ਫੈਸਲਾ
ਆਪ ਕੀਤਾ ਜਾਂ ਤੁਸੀਂ ਕਿਹਾ ਵੀ ਨਹੀਂ ਹੁਣ ਇਹ ਵਿਰਾਸਤ ਹੈ ਸਾਂਭਣੀ ਪਏਗੀ, ਕਿਸ ਤਰ੍ਹਾਂ ਡਿਸਕਸ਼ਨ ਤਾਂ ਹੋਈ ਹੋਣੀ ਉਦੋਂ ਪਹਿਲਾਂ? ਇੱਕ 15 ਸਾਲ ਪਹਿਲਾਂ ਮੈਂ ਆਪਣੇ ਬੇਟੇ ਨੂੰ ਕਿਹਾ ਜੀ ਕਿ 4 ਬੇਟੇ ਹੋ, ਇੱਕ ਬੰਦੇ ਨੂੰ ਪੋਲੀਟਿਕਸ ਤੁਹਾਡੇ ਚੋਂ ਕਰਨੀ ਚਾਹੀਦੀ ਹੈ, ਮੈਂ ਬੜੀ ਮਿਹਨਤ ਕਰ ਰਿਹਾ, ਇਹਨੂੰ ਸਾਂਭਣਾ ਚਾਹੀਦਾ, ਅਤੇ ਤੂੰ ਆ ਜਾ। ਇੰਦਰ ਨੂੰ ਕਿਹਾ, ਕਹਿੰਦਾ ਨਾ ਮੈਂ ਨਹੀਂ ਕਰਨੀ ਰਾਜਨੀਤੀ, ਮੈਂ ਬਿਜ਼ਨਸ ਕਰਨਾ। ਮੈਂ ਚੱਲ ਠੀਕ ਹੈ, ਬਾਕੀਆਂ ਨੂੰ ਪੁੱਛਿਆ ਕੋਈ ਮੋਢੇ ਜਿਹੇ ਮਾਰ ਦੇਣ, ਅਤੇ ਆ ਨਾ ਪਿਛਲੇ 22 ਦਾ ਅਖੀਰ ਜੀ, 22 ਦੇ ਅਖੀਰ 'ਚ ਮੈਨੂੰ ਲਿਪਟਣ ਦੀ ਕਈ ਬੰਦਿਆਂ ਨੇ ਕੋਸ਼ਿਸ਼ ਕੀਤੀ, ਹੱਲੇ ਮਾਰੇ, ਮੇਰੇ ਮਨ 'ਚ ਰੋਸ ਸੀ। ਫਿਰ ਕੋਈ ਦਿੱਗਜ ਲੀਡਰ, ਉਹਨਾਂ ਨੇ ਕਹਿਤਾ ਰਾਣੇ ਰਾਜੇ ਰਹਿਣ ਨਹੀਂ ਦਿੰਦੇ। ਮੈਂ ਕਿਹਾ ਰਾਜੇ ਦਾ ਤਾਂ ਪਤਾ ਨਹੀਂ, ਰਾਣਾ ਰਹੂਗਾ। ਮੇਰੇ ਮਨ 'ਚ ਆਇਆ, ਪਤਾ ਨਹੀਂ ਕਿਉਂ ਆਇਆ, ਮੈਂ ਮੁੰਡੇ ਇਕੱਠੇ ਕਰ ਲਏ ਆਪਣੇ। ਉਹਨਾਂ ਦਿਨਾਂ 'ਚ ਇਹ ਸ਼ੂਗਰ ਬੀਟ ਦੀ ਬਿਜਾਈ ਚੱਲ ਰਹੀ ਸੀ ਜੀ, 2 ਬੇਟੇ ਮੇਰੇ ਉੱਧਰ ਉਸ ਇਲਾਕੇ ਜ਼ਿਆਦਾ ਰਹੇ। ਉਹ ਬਸ ਉਹਨਾਂ ਨੂੰ ਇਹੀ ਕਹਿਣ ਕਿ ਤੁਸੀਂ ਇਹ ਸੀਟ ਵੀ ਤੁਸੀਂ ਲੜੋ। ਉਹਨਾਂ ਨੇ ਬੜਾ ਉਹਨਾਂ ਨੇ ਸਮਝਾਇਆ ਕਿ ਇੱਦਾਂ ਨਹੀਂ ਹੁੰਦਾ ਹੁੰਦਾ ਕਿ ਵੀ ਅਸੀਂ ਲੜੀਏ, ਅਸੀਂ ਕਿੱਦਾਂ ਲੜ ਸਕਦੇ ਹਾਂ। ਉੱਧਰੋਂ ਚੈਲੰਜ ਹੋ ਗਿਆ, ਮੈਂ ਬਿਠਾ ਲਿਆ ਚਾਰੋ ਦੇ ਚਾਰੋ। ਉਹ ਮੈਂ ਕਿਹਾ ਕਦੋਂ ਆਉਂਗੇ ਜਦੋਂ ਪਿਓ ਦੀ ਪੱਗ ਲਾ ਦੇਣਗੇ? ਆਓ ਇੱਕ ਜਣਾ, ਪਾਰਟੀ ਤੋਂ ਟਿਕਟ ਮੰਗੀ, ਨਹੀਂ ਦਿੱਤੀ। ਚਲੋ ਫਿਰ ਲੋਕਾਂ ਨੇ ਸਾਥ ਬਣਾ ਦਿੱਤਾ, ਉਹ ਐਮ ਐਲ ਏ ਬਣਾ ਦਿੱਤਾ। ਹੋਰ ਤਾਂ ਕੋਈ ਗੱਲ ਨਹੀਂ। ਕਹਿੰਦੇ ਰਾਣਾ ਗੁਰਜੀਤ ਦੀ ਮੁੱਛ ਜਦੋਂ ਦੇਖੋ ਖੜੀ ਰਹਿੰਦੀ ਆ ਹਰ ਟਾਈਮ, ਚਾਹੇ ਤੁਸੀਂ ਦਿਨ 'ਚ ਦੇਖ ਲਓ, ਚਾਹੇ ਕਹਿੰਦੇ ਸ਼ਾਮ ਨੂੰ ਆ ਕੇ ਮਿਲ ਲਿਓ, ਇਹ ਚੜ੍ਹਤ ਇੱਦਾਂ ਹੀ ਬਰਕਰਾਰ ਰਹੀ ਹੈ? ਮੁੱਛਾਂ ਕੁੰਡੀਆਂ ਰੱਖਣ ਦਾ ਪਹਿਲਾਂ ਤੋਂ ਹੀ ਸ਼ੌਂਕ ਰੱਖਦੇ ਹੋ? ਸ਼ੌਂਕ ਤਾਂ ਬੰਦੇ ਦਾ ਆਪਣਾ ਹੁੰਦਾ, ਕਿਰਪਾ ਮਾਲਕ ਦੀ ਹੁੰਦੀ ਆ। ਮੁੱਛ ਵੀ 2 ਕਿਸਮ ਦੀ ਆ, ਆ ਜਿਹੜੀਆਂ ਦਿਸਦੀਆਂ ਆਰਟੀਫਿਸ਼ਲ ਵੀ ਹੋ ਸਕਦੀਆਂ ਕਿ ਮੇਰੀਆਂ ਉੱਪਰ ਕੀਤੀਆਂ ਜੀ 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 ਜੀ, ਅਤੇ ਬੰਦੇ ਦਾ ਕਰਤਾਰ ਰੱਬ ਉੱਚਾ ਕਰਦਾ, ਉਹਦੀ ਕਿਰਪਾ ਹੁੰਦੀ ਆ, ਉਹਦੀ ਜ਼ਿਆਦਾ ਲੋੜ ਹੈ। ਬਿਲਕੁਲ ਬਿਲਕੁਲ, ਮੈਂ ਤਾਂ ਇਸ ਬੰਦਾ, ਕਈ ਬੰਦੇ ਮੁੱਛਾਂ ਥੱਲੇ ਰੱਖ ਕੇ ਬਹੁਤ ਹੈਂਡਸਮ ਲੱਗਦੇ ਆ, ਕਈ ਉੱਪਰ ਵੀ ਕਰਦੇ ਆ ਤਾਂ ਵੀ ਉਹ ਗੱਲ ਨਹੀਂ ਬਣਦੀ। ਚਲੋ ਇਹ ਮਾਲਕ ਦੀ ਮਰਜ਼ੀ ਆ। ਰਾਣਾ ਜੀ, ਮੈਂ ਇੱਕ ਗੱਲ ਦੇਖੀ ਹੈ ਤੁਹਾਡੀ ਨਾ, ਇੱਕ ਦੀ ਮੈਂ ਤਸਵੀਰ ਵੀ ਦੇਖੀ ਹੈ, ਜਦੋਂ ਤੁਸੀਂ ਹੱਸਦੇ ਹੋ ਨਾ ਜਿਹੜੀ ਤੁਹਾਡੀ ਉਹ ਸਮਾਈਲ ਹੈਗੀ, ਉਹ ਬੜਾ ਪ੍ਰਭਾਵ ਪਾਉਂਦੀ ਹੈ, ਲੱਗਦਾ ਵੀ ਹਾਂ ਇੱਕ ਤਾਂ ਮੁੱਛਾਂ ਕੁੰਡੀਆਂ, ਇੱਕ ਸਮਾਈਲ ਬੜੇ ਸੋਹਣੇ ਜੱਚਦੇ ਬੜੇ ਹੋ ਤੁਸੀਂ ਉਸ 'ਚ। ਦੇਖੋ ਮੈਂ ਕਦੇ ਕਿਸੇ ਦਾ ਬੁਰਾ ਨਹੀਂ ਤੱਕਦਾ ਜੀ, ਹਾਂ ਅਗਰ ਕਹਿੰਦਾ ਫਸ ਗਈ ਤਾਂ ਫਿਰ ਉਹ ਗੱਲ ਵੱਖਰੀ ਆ। ਨੋਰਮਲੀ ਇੱਧਰੋਂ ਗੱਲ ਸੁਣੀ ਦੀ ਆ, ਕਈ ਦਫ਼ਾ ਲੜ ਵੀ ਪਈਦਾ, ਉਹਨੂੰ ਡਾਂਟ ਵੀ ਦੇਈਦਾ, 5 ਮਿੰਟਾਂ ਬਾਅਦ ਨੋਰਮਲ, ਅਤੇ ਉਹ ਜੋ ਹੋਇਆ ਉਹਨੂੰ ਪਹੁੰਚੋ, ਛੱਡ ਦੇਈਦਾ ਛੱਡ ਦੇਈਦਾ। ਲੈਣ ਕਿਤੇ ਕਿਤੇ ਕੁੰਡੀ ਇਹੋ ਜਿਹੀ ਫਸ ਜਾਂਦੀ ਆ, ਫਿਰ ਨਿਭਾਉਣੀ ਪੈਂਦੀ ਆ, ਢੋਲ ਵਜਾਉਣਾ ਹੀ ਪੈਂਦਾ ਜੇ ਗੱਲ 'ਚ ਪੈ ਗਿਆ ਭਾਈ। ਕਈ ਦਾ ਮਤਲਬ ਫਸੀ ਵੀ ਹੈ ਫਿਰ, ਕਹਿੰਦੇ ਉਹ ਫਸੀ ਤਾਂ ਕਿ ਉਹ ਬੰਦਿਆਂ ਦੀ ਫਸਣੀ ਹੈ, ਜਿਹਨਾਂ 'ਚ ਕੋਈ ਅਣਖ ਹੋਊਗੀ ਉਹਨਾਂ ਦੀ ਫਸੂਗੀ ਜੀ, ਤੇ ਜੇ ਫਸ ਜਾਏ ਫਿਰ ਨਵਾਵੇ, ਬਿਲਕੁਲ ਠੀਕ ਆ ਨਾ ਮਾਰੇ। ਇੱਕ ਨਾ ਪਿੱਛੇ ਜੇ ਗਾਣਾ ਸੁਣਿਆ ਚੀਮਾ ਚੀਮਾ ਸਿੰਘ ਰਾਈ ਕੋਈ, ਉਹ ਕਹਿੰਦਾ ਨੀ ਮੈਂ ਮੁੱਢ ਤੋਂ ਹੀ ਢੀਠ ਜਿਵੇਂ ਰਾਣਾ ਗੁਰਜੀਤ, ਤੁਸੀਂ ਸੁਣਿਆ ਹੀ ਗਾਣਾ ਉਹ? ਮੈਂ ਸੁਣਿਆ ਜੀ, ਮੈਨੂੰ ਉਹ ਮੁੰਡੇ ਨੇ ਨਾ ਗਾਣਾ ਵੀ ਭੇਜਿਆ ਕਿਸੇ ਦੇ ਥਰੂ। ਅੱਛਾ ਜੀ। ਫਿਰ ਉਸ ਬੰਦੇ ਨੂੰ ਕਹਿੰਦਾ ਯਾਰ ਤੂੰ ਮੇਰੀ ਗੱਲ ਰਾਣਾ ਗੁਰਜੀਤ ਸਿੰਘ ਨਾਲ ਕਰਾ ਸਕਦਾ? ਮੁੰਡਾ ਆਪਣਾ ਬਿਜ਼ਨਸ ਟਰੈਕਿੰਗ ਦਾ ਕਰ ਰਿਹਾ ਕੈਲੀਫੋਰਨੀਆ ਦੇ ਵਿੱਚ। ਅੱਛਾ ਜੀ। ਫਿਰ ਉਹਦੇ ਥਰੂ ਮੇਰੇ ਨਾਲ ਉਹਨੇ ਗੱਲ ਹੋਈ, ਕਹਿੰਦਾ ਜੀ ਤੁਸੀਂ ਬੁਰਾ ਤਾਂ ਨਹੀਂ ਮਰਿਆ ਇੱਕ ਸ਼ਬਦ ਥੋੜ੍ਹਾ ਜਿਹਾ? ਮੈਂ ਕਿਹਾ ਯਾਰ ਤੇਰੇ 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 ਮਨ 'ਚ ਜੋ ਸੀ ਜੀ, ਤੂੰ ਗਾਇਆ ਬੜਾ ਸੋਹਣਾ, ਤਾਂ ਹੁਣ ਲੋਕ ਡਾਂਸ ਕਰਦੇ, ਅਸੀਂ ਢੀਠ ਭੁੱਲ ਜਾਂਦੇ ਹਾਂ, ਗੁਰਜੀਤ ਯਾਦ ਰੱਖੀਦਾ, ਲੋਕ ਨੱਚਦੇ ਵੇਖ ਲਈਦੇ, ਖੁਸ਼ ਹੋ ਲਈਦਾ, ਨਾਂ ਲਿਆ ਗਿਆ ਗਾਣਿਆਂ ਦੇ ਵਿੱਚ। ਇੱਕ ਦਿਨ ਮੈਨੂੰ ਇੱਕ ਕਿਸੇ ਬੰਦੇ ਨੇ
ਬੜਾ ਚੋਰ ਤੋਂ ਫੋਨ ਕੀਤਾ। ਅੱਛਾ ਜੀ। ਤੇ ਉਹਨਾਂ ਦਿਨਾਂ 'ਚ ਟਿਕਟ ਵਿਤਰਨ ਦੀ ਗੱਲ ਚੱਲ ਰਹੀ ਸੀ ਤੇ ਉਹਨੇ ਕੋਈ ਸ਼ਬਦ ਯੂਜ਼ ਕੀਤਾ ਮੇਰੇ ਲਈ। ਅੱਛਾ ਜੀ। ਮੈਂ ਕਿਹਾ ਯਾਰ ਇਹ ਕੀ ਬੋਲ ਰਿਹਾ ਬੰਦਾ। ਫਿਰ ਮੈਂ ਉਹ ਪੋਡਕਾਸਟ ਵਾਲਾ ਮੁੰਡਾ ਆਪਣਾ ਲੁਧਿਆਣੇ ਵਾਲਾ ਅਨਮੋਲ ਕਵਾਤਰਾ ਉਹਦੇ ਉੱਥੇ ਗਿਆ ਤੇ ਹੁਣੇ ਵੀ ਮੈਨੂੰ ਕਿਹਾ ਤੂੰ ਝੋਟਾ ਝੋਟਾ ਹੀ ਉਹਨੇ ਗਿਆ ਸੀ। ਅੱਛਾ ਜੀ। ਤੇ ਮੈਂ ਕਿਹਾ ਯਾਰ ਇਹ ਇੱਕ ਸ਼ਬਦ ਇੱਕ ਦਿਨ ਮੈਨੂੰ ਪਹਿਲਾਂ ਵੀ ਕਿਸੇ ਨੇ ਕਿਹਾ, ਕਹਿੰਦਾ ਯਾਰ ਜਿਹੜਾ ਬੰਦਾ ਸਿੱਧਾ ਹੋ ਕੇ ਤੁਰ ਪਏ ਉਹ ਝੋਟਾ, ਜਿਹੜਾ ਅੱਗਾ ਪਿੱਛਾ ਨਾ ਵੇਖੇ ਤੁਰਿਆ ਜਾਵੇ ਤੁਰਿਆ ਜਾਵੇ। ਮੈਂ ਫਿਰ ਠੀਕ ਹੈ ਤੇਰੀ ਮਿਹਰਬਾਨੀ। ਚਲੋ ਇਹ ਇਹ ਭਾਸ਼ਾ ਨਾ ਸਾਡੀ ਪਿੰਡਾਂ ਦੀ ਆ। ਬਿਲਕੁਲ। ਪਿੰਡਾਂ ਦੇ ਵਿੱਚ ਕਈ ਲਫ਼ਜ਼ ਇਹੋ ਜਿਹੇ ਆਪਾਂ ਇਸਤੇਮਾਲ ਕਰੀਦੇ, ਲੋਕ ਕਹਿੰਦੇ ਯਾਰ ਇਹਨੂੰ ਆਹ ਕਹਿਤਾ, ਲੇਕਿਨ ਯਾਰ ਉਹਨਾਂ 'ਚ ਹੌਰਸ ਪਾਵਰ ਹੁੰਦੀ ਉਹਨਾਂ ਸ਼ਬਦਾਂ 'ਚ, ਸੋ ਝੋਟੇ 'ਚ ਹੌਰਸ ਪਾਵਰ ਹੁੰਦੀ ਹੈ। ਬਿਲਕੁਲ। ਤਾਂ ਫਿਰ ਠੀਕ ਹੈ, ਮੰਨ ਲਿਆ ਆਪਾਂ, ਮੰਨ ਲਿਆ। ਮੈਂ ਕਿਹਾ ਵੀ ਤੁਸੀਂ ਖੁਸ਼ ਰਹੋ, ਕੋਈ ਗੱਲ ਨਹੀਂ ਜੀ। ਰਾਣਾ ਜੀ, ਤੁਸੀਂ ਇੱਕ ਮੈਂ ਸੁਣਿਆ ਸੀਗਾ ਕਿ ਤੁਸੀਂ ਕਾਲਜਾਂ ਦੇ ਨਾਲ ਤੁਹਾਡੀ ਕੋਈ ਬਹੁਤੀ ਨਹੀਂ ਬਣੀ, ਗਏ ਆਏ ਕਿਤੇ ਗਏ ਕਿ ਫਿਰ ਹੋਰ ਕਾਲਜ ਹੋਰ ਕਾਲਜ, ਐਜੂਕੇਸ਼ਨ ਫਿਰ ਕਿੱਥੋਂ ਤੱਕ ਰਹੀ ਹੈ, ਗੱਲ ਨਹੀਂ ਬਣੀ ਪੜ੍ਹਾਈ ਨਾਲ? ਨਹੀਂ ਦੇਖੋ, 10ਵੀਂ ਤੇ ਪੜ੍ਹਿਆ ਮੈਂ ਜੀ, ਹੋਰ ਤੁਸੀਂ ਮੇਰੇ ਨਾਲ ਕਿਸੇ ਸਬਜੈਕਟ ਤੇ ਵੀ ਗੱਲ ਕਰ ਸਕਦੇ ਹੋ ਅਦਰ ਦੈਨ ਲਾਅ। ਮੇਰਾ ਸਵਾਲ ਇਹੀ ਹੈ, ਪਰ ਜਿਹੜਾ ਤੁਹਾਡਾ ਲਹਿਜ਼ਾ ਹੈ, ਬੋਲਣ ਦਾ ਤਰੀਕਾ ਹੈ, ਤੁਸੀਂ ਵੱਡਿਆਂ ਵੱਡਿਆਂ ਨੂੰ ਮਾਤ ਪਾਉਂਦੇ ਹੋ, ਲੱਗਦਾ ਨਹੀਂ ਹੈ ਵੀ ਰਾਣਾ ਗੁਰੂ, ਐਂ ਲੱਗਦਾ PhD ਕਰੀ ਬੈਠੇ ਨੇ ਰਾਣਾ। ਇਹ ਲਹਿਜ਼ਾ ਕਿੱਥੋਂ ਆਇਆ, ਇੰਨੇ ਸਲੀਕੇ ਨਾਲ ਬੋਲਣਾ, ਗੱਲਬਾਤ ਕਰਨੀ? ਚਲੋ ਇਹ ਤਾਂ ਪਰਿਵਾਰ 'ਚੋਂ ਆਉਂਦਾ ਜੀ, ਨੰਬਰ 1। ਫਿਰ ਤੁਹਾਡੇ ਵਰਗੇ ਸਾਥੀਆਂ ਨਾਲ ਬਹਿ ਕੇ ਬੰਦਾ ਸਿੱਖ ਜਾਂਦਾ ਜੀ। ਚਲੋ ਇਹ ਵੀ ਮੰਨ ਲਈ ਗੱਲ। ਹੁਣ ਮੈਂ ਸੁੱਤਾ ਨਹੀਂ ਰਹਿੰਦਾ, ਜਿਵੇਂ ਕਾਰ 'ਚ ਜਾਂਦਾ ਨਾ, ਜਿਵੇਂ ਸੌਂ ਗਿਆ ਤਾਂ ਸੌਂ ਗਿਆ, ਜਿਵੇਂ ਕਈ ਜਾਗਦੇ ਸੁੱਤੇ ਰਹਿੰਦੇ ਆ, ਮੇਰਾ ਦਿਮਾਗ ਉਦੋਂ ਵੀ ਚੱਲਦਾ, ਉਦੋਂ ਵੀ ਚੱਲਦਾ। ਕੱਲ੍ਹ ਮੈਂ ਜਾ ਰਿਹਾ ਸੀ ਸਰਿਆਲੀ। ਅੱਛਾ ਜੀ। ਬਾਬਾ ਜੀ, ਬਾਬਾ ਕੋਲਾ ਸਿੰਘ ਜੀ ਦੇ, ਸੰਤ ਬਾਬਾ ਤਾਰਾ ਸਿੰਘ ਜੀ ਦੇ ਸਥਾਨ 'ਤੇ ਜੀ, ਅਤੇ ਰਾਤ ਮੀਂਹ ਪੈ ਰਿਹਾ ਸੀ। ਮੀਂਹ ਪੈਂਦੇ ਪੈਂਦੇ ਸੁਲਤਾਨਪੁਰ ਹਲਕਾ ਸੀ ਜੀ, ਮੇਰੀ ਨਜ਼ਰ ਮੰਡੀ 'ਤੇ ਪਈ। ਉਹ ਮੰਡੀ ਦੇ ਵਿੱਚ ਗਿੱਠ ਗਿੱਠ ਤੋਂ ਉੱਪਰ ਪਾਣੀ ਖੜਾ ਹੋਊਗਾ, ਮੈਂ ਉਤਰ ਕੇ ਤਾਂ ਦੇਖਿਆ, ਦੂਰ ਸੀ, ਫੁੱਟ ਹੋਊਗਾ, ਡੇਢ ਫੁੱਟ ਹੋਊਗਾ, 6 ਇੰਚ ਹੀ ਹੋਊਗਾ, ਡਿਬੇਟੇਬਲ, ਲੇਕਿਨ ਪਾਣੀ ਖੜਾ ਸੀ। ਮੈਂ ਉਸ ਵੇਲੇ ਸਵੇਲਾ ਸੀ, ਇੰਦਰ ਨੂੰ ਫੋਨ ਮਾਰਿਆ, ਉਹਨੇ ਨਹੀਂ ਚੁੱਕਿਆ। ਫਿਰ ਮੈਨੂੰ ਵੋਇਸ ਮੈਸੇਜ ਛੱਡੀ ਕਿ ਵੀ ਆਪਣੇ PA ਜਿੰਨੇ ਆ, ਉਹਨੂੰ ਸਾਰਿਆਂ ਕੋਲ 3 ਮੰਡੀਆਂ ਪੈਣੀਆਂ, 3 ਮੰਡੀਆਂ ਜਾਓ, ਜਾ ਕੇ ਦੇਖੋ ਕਿ ਵੀ ਉੱਥੇ ਪਾਣੀ ਤਾਂ ਨਹੀਂ ਖੜਾ, ਖੜਾ ਤਾਂ ਕਿੰਨਾ ਕਿੰਨਾ ਖੜਾ, ਕਿਸ ਕੋਨੇ 'ਤੇ ਖੜਾ, ਅਤੇ ਇਹ ਇੰਪਰੂਵਮੈਂਟ ਆਪਾਂ ਕਿੱਦਾਂ ਕਰ ਸਕਦੇ ਹਾਂ, ਇਹਦੇ 'ਤੇ ਆਪਾਂ ਕੰਸਰਨ ਡਿਪਾਰਟਮੈਂਟ ਨੂੰ ਲਿਖ ਕੇ ਕਰੀਏ ਦਈਏ। ਅਤੇ ਜੇ ਮੈਂ ਤੁਰਿਆ ਜਾਂਦਾ ਨਾ, ਮੈਂ ਦਰਿਆ ਦੇਖਦਾ, ਮੈਂ ਉਹਦੇ ਬਾਰੇ ਸੋਚਣ ਲੱਗ ਪੈਂਦਾ, ਜੇ ਮੈਂ ਕਿਸੇ ਦੇ ਡੰਗਰ ਦੇਖਦਾ, ਮੈਂ ਉਹਦੇ ਬਾਰੇ ਸੋਚਣ ਲੱਗ ਪੈਂਦਾ। ਸੋ ਜੇ ਮੈਂ ਕਿੱਧਰ ਦੀ ਜਾਂਦਾ, ਸੋਚਦੇ ਜਾਈਦਾ, ਅਤੇ ਐਜੂਕੇਸ਼ਨ ਕੀ ਆ, ਯੂ ਹੈਵ ਟੂ ਅਪਲਾਈ ਯੋਰ ਮਾਈਂਡ, ਉਹ ਤਾਂ ਸਿਰਫ ਡਿਗਰੀਆਂ ਨੇ, ਉਹਦਾ ਇਟਸ ਅ ਟੂਲ, ਐਜੂਕੇਸ਼ਨ ਇਜ਼ ਅ ਟੂਲ ਜੀ, ਪਰ ਉਹ ਆਪਾਂ ਨੂੰ ਜੋੜ ਨਹੀਂ ਸਕਦੇ। ਇਹ ਨਹੀਂ ਕਹਿ ਸਕਦੇ ਬੰਦਾ ਘੱਟ ਪੜ੍ਹਿਆ ਤਾਂ ਸ਼ਾਇਦ ਕੋਲ ਓਨੀ ਨੌਲੇਜ ਨਹੀਂ ਹੈ, ਜਾਂ ਫਿਰ ਨੌਲੇਜ ਉਹਨਾਂ ਨੂੰ ਜੋੜ ਨਹੀਂ ਸਕਦੇ ਡਿਗਰੀਆਂ ਦੇ ਨਾਲ। ਡਿਗਰੀ ਡਿਗਰੀ ਹੁੰਦੀ ਆ, ਬਟ ਜੇ ਡਿਗਰੀ ਨਹੀਂ ਵੀ, ਮਹਾਰਾਜਾ ਰਣਜੀਤ ਸਿੰਘ ਕੋਲ ਕਿੰਨੀਆਂ ਡਿਗਰੀਆਂ ਸੀ, ਉਹਦੇ ਸਿਸਟਮ ਚਾਲੂ ਕੀਤੇ, ਮੋਰ ਦੈਨ 70% ਲਿਟਰੇਸੀ ਰੇਟ ਸੀ, ਅੱਜ ਕਿੱਥੇ ਗਿਆ, ਉਹ ਗੱਲਾਂ ਹੀ ਨਹੀਂ ਰਹੀਆਂ। ਤੁਸੀਂ ਪ੍ਰੋਟੈਕਟ ਕੀਤੇ ਉਹਨੇ ਬਾਰਡਰ, ਉਹਨੇ ਇਕਾਨਮੀ ਬਾਰੇ, ਆਪਣੀ ਬਾਰੇ, ਟ੍ਰੇਡ ਬਾਰੇ, ਹਾਂਜੀ, ਕਸ਼ਮੀਰ ਨੂੰ
ਹਾਸਲ ਕੀਤਾ ਉਹ ਸ਼ੋਲਾਂ ਦਾ, ਪਸ਼ਮੀਨੇ ਦਾ, ਉਹਨਾਂ ਟ੍ਰੇਡ ਰੂਮ ਇੱਕ ਤਰੀਕੇ ਬਣੇ ਜੀ। ਰਾਣਾ ਜੀ, ਤੁਸੀਂ ਇਹ ਤਾਂ ਪਤਾ ਹੈ ਸਭ ਨੂੰ, ਤੁਸੀਂ ਖੇਤੀ ਦਾ ਬਹੁਤ ਸ਼ੌਂਕ ਰੱਖਦੇ ਹੋ, ਸਿਆਸਤ ਦੇ ਵਿੱਚ ਆਏ। ਇਸ ਤੋਂ ਇਲਾਵਾ ਸ਼ੌਂਕ ਦੀ ਗੱਲ ਕਰੀਏ ਤਾਂ ਕਿਤਾਬਾਂ ਪੜ੍ਹਦੇ ਹੋ, ਕਿਹੋ ਜਿਹੀਆਂ ਕਿਤਾਬਾਂ ਪੜ੍ਹਦੇ ਹੋ? ਪਸੰਦੀਦਾ ਰਾਈਟਰ ਪੰਜਾਬ ਦਾ ਕੋਈ ਸਪੈਸੀਫਿਕ ਜਿਹਨੂੰ ਬਹੁਤ ਪੜ੍ਹਦੇ ਹੋ? ਦੇਖੋ, ਬਹੁਤ ਤਾਂ ਮੈਂ ਕਿਸੇ ਨੂੰ ਵੀ ਨਹੀਂ ਪੜ੍ਹਦਾ ਜੀ, ਆਪਣੇ ਆਪ ਨੂੰ ਪੜ੍ਹਦਾ ਕਿ ਮੈਨੂੰ ਕੀ ਕਰਨਾ ਚਾਹੀਦਾ। ਲੇਕਿਨ ਮਹਾਰਾਜਾ ਰਣਜੀਤ ਸਿੰਘ, ਜਦੋਂ ਮੈਨੂੰ ਕਾਪੀ ਮਿਲ ਜਾਵੇ, ਕਿਤਾਬ ਮਿਲ ਜਾਵੇ, ਨਵੀਂ ਮਿਲ ਜਾਵੇ, ਅਤੇ ਸਿੱਖ ਹਿਸਟਰੀ, ਅੱਛਾ ਜੀ, ਉਹਦੇ 'ਤੇ ਮੈਂ ਜ਼ਰੂਰ ਪੜ੍ਹਦਾ ਜਦੋਂ ਵੀ ਸਮਾਂ ਲੱਗਦਾ। ਮੈਂ ਜੇ ਸੜਕ 'ਤੇ ਤੁਰਿਆ ਜਾਂਦਾ ਨਾ, ਕੱਲ੍ਹ ਮੈਂ ਸੁਲਤਾਨਪੁਰ ਤੋਂ ਆ ਰਿਹਾ ਸੀਗਾ ਵਾਪਸੀ 'ਤੇ, ਸਵੇਰੇ 6 ਵਜੇ ਗਿਆ ਸਿਰਾਲੀ, ਬਾਬਾ ਜੀ ਨੂੰ ਅਫਸੋਸ ਕਰਨਾ ਸੀਗਾ ਜੀ। ਉੱਥੋਂ ਮੈਨੂੰ ਪਤਾ ਲੱਗਾ ਕਿ ਲਾਡੀ ਸਾਹਿਬ ਦੇ ਵੀ ਮੈਂ ਜਾਣਾ ਜੀ, ਇੱਕ ਮੁੰਡਾ ਕੈਨੇਡਾ ਤੋਂ ਆਇਆ, ਬਾਹਮਣੀਆ ਪਿੰਡ ਹੈ ਜੀ, ਅਤੇ ਮੈਂ ਹਰੀਕੇ ਹੋ ਕੇ ਉੱਧਰ ਚਲੇ ਗਿਆ। ਜਦ ਮੈਂ ਵਾਪਸ ਆ ਰਿਹਾ ਸੀ, ਫਿਰ ਇੱਕ ਅਫਸੋਸ ਕਰਨਾ ਸੀ ਸੁਲਤਾਨਪੁਰ, ਜਦ ਮੈਂ ਵਾਪਸ ਆਇਆ ਅਤੇ ਮੈਂ ਦੇਖਿਆ ਰੋਡ ਬਣੀ ਆ, ਅਤੇ ਮੈਂ ਕੰਟਰੈਕਟਰ ਨੂੰ ਫੋਨ ਕੀਤਾ, ਮੈਂ ਕਿਹਾ ਯਾਰ ਇਹ ਜ਼ਿਗ-ਜ਼ੈਗ ਜਗ੍ਹਾ ਜਿਹੜੀ ਤੁਹਾਡੀ ਰੋਡ ਹੈ ਨਾ, ਇਹ ਬੰਪੀ ਆ, ਇਹ ਕਿਉਂ ਆ? ਤੁਸੀਂ ਲੇਟੈਸਟ ਮਸ਼ੀਨਾਂ, ਲੈਵਲਰ ਜੀ, ਇਲੈਕਟ੍ਰੋਨਿਕ ਓਪਰੇਟਡ ਸਾਰੀਆਂ ਅੱਜ ਕੱਲ੍ਹ ਵਰਲਡ ਕਲਾਸ ਮਸ਼ੀਨਾਂ ਹਿੰਦੁਸਤਾਨ 'ਚ ਆ, ਅਤੇ ਉਹਦੇ ਨਾਲ ਮੈਂ ਡਿਸਕਸ਼ਨ ਕੀਤਾ। ਮੈਂ ਐਂ ਕਰਦਾ, ਪੜ੍ਹਨ ਦੀ ਪੜ੍ਹਨਾ ਵੀ ਜ਼ਰੂਰੀ ਆ, ਲੇਕਿਨ ਇੱਦਾਂ ਵੀ ਪਤਾ ਲੱਗ ਸਕਦਾ, ਅਤੇ ਇਹ ਪੜ੍ਹਿਆ ਨਹੀਂ ਪਤਾ ਲੱਗਣਾ ਜਿਹੜੀ ਮੈਂ ਗੱਲ ਦੱਸ ਰਿਹਾ, ਹਾਂ, ਅਤੇ ਇਹ ਕਿਉਂ ਆ? ਉਹ ਕਹਿੰਦਾ ਜੀ, ਜੇ ਤਾਂ ਅਸੀਂ ਸੜਕ ਨਵੀਂ ਬਣਾਈਏ ਅਤੇ ਉਹ ਹੋਰ ਚੀਜ਼ ਹੁੰਦੀ ਆ, ਇਹ ਜੇ ਜਿੱਦਾਂ ਸੜਕ ਪਹਿਲਾਂ ਹੈ ਨਾ, ਉਹਦੇ ਉੱਪਰ ਉਹਨਾਂ ਹੀ ਮਟੀਰੀਅਲ ਪਾਈਦਾ, ਅਤੇ 50 mm ਪਾਉਣਾ ਜੀ, ਅਤੇ 50 mm 'ਚ 45 ਦੀ ਲੋਐਸਟ ਲਿਮਿਟ, ਅਤੇ ਜਦੋਂ ਤੁਸੀਂ ਉਹਨੂੰ ਕਰਦੇ ਹਾਂ ਐਵਰੇਜ ਹੋਣੀ ਚਾਹੀਦੀ ਆ। ਅੱਛਾ ਜੀ, ਸੋ ਸਾਡੀ ਐਵਰੇਜ 'ਚ ਬੰਪ ਹੋਣਾ ਹੀ ਹੋਣਾ, ਜੇ ਨਵੀਂ, ਮੈਂ ਕਿਹਾ ਨਵੀਂ ਬਣੀ, ਤੁਹਾਡੀ ਚੰਡੀਗੜ੍ਹ ਤੋਂ ਫਗਵਾੜੇ ਜਾਓ, ਬੰਦੇ ਦੀ ਧੌਣ ਟੁੱਟ ਜਾਂਦੀ ਜਦੋਂ ਲਾਗੇ ਆਉਂਦਾ, ਮੈਂ ਕਿਹਾ ਕੰਪਰੈਸ਼ਨ ਪੂਰਾ ਨਹੀਂ ਹੁੰਦਾ, ਇਹ ਦੀਜ਼ ਆਰ ਟੈਕਨੀਕਲ ਥਿੰਗਸ, ਬਟ ਕੋਮਨ ਸੈਂਸ ਦੀਆਂ ਗੱਲਾਂ ਨੇ। ਵਾਈਬ੍ਰੇਟਰ ਰੋਲਰ ਦਾ ਪ੍ਰੈਸ਼ਰ ਕੀ ਹੋਣਾ ਚਾਹੀਦਾ, ਉਹ ਉਹਨਾਂ ਕੰਪਰੈਸ ਕੀਤਾ, ਧਰਤੀ ਨੂੰ ਨਹੀਂ ਕੀਤਾ। ਮੈਂ ਕਿਹਾ ਅੱਗੇ ਪੁਲੀ ਆਉਂਦੀ, ਪੁਲੀ ਦੇ ਲਾਗੇ ਆ ਕੇ ਝਟਕਾ ਵੱਜਦਾ, ਉਹ ਮੈਨੂੰ ਕਹਿੰਦਾ ਤੁਹਾਡਾ ਪੁਆਇੰਟ ਬਹੁਤ ਵੈਲਿਡ ਆ, ਲੇਕਿਨ ਸਰਦਾਰ ਜੀ ਗੱਲ ਹੈ ਕਿ ਵੀ ਜਿਹੜੀ ਪੁਲੀ ਜਦੋਂ ਅਸੀਂ ਬਣਾਉਂਦੇ ਨਾ, ਅਤੇ ਮਿੱਟੀ ਉਹਦੇ 'ਚ ਇੱਕਦਮ ਪਾ ਦਿੰਦੇ ਹਾਂ, ਅਤੇ ਉਹ ਜਦੋਂ ਕੰਕਰੀਟ ਹੁੰਦਾ ਉਹ ਫਿਰ ਉਹ ਥੱਲੇ ਨੱਪੀ ਨਹੀਂ ਜਾਂਦੀ, ਪੂਰੀ ਉਹਦੀ ਕੰਪੈਕਸ਼ਨ ਨਹੀਂ ਹੋ ਤਾਂ ਸਕਦੀ ਆ, ਲੇਕਿਨ ਹੁੰਦੀ ਨਹੀਂ, ਉਹਨੂੰ ਮੰਨ ਜਾਂਦਾ ਬੜਾ ਕੁਛ ਨਹੀਂ ਹੈ, ਅਤੇ ਫਿਰ ਜਦੋਂ ਉਹਦੇ 'ਤੇ ਟਰੱਕ ਲੋਡ ਚੱਲਦਾ, ਉਹ ਬੈਠੀ ਜਾਂਦੀ ਫਿਰ ਚੜ ਕੇ, ਫਿਰ ਜਦ ਦੁਬਾਰਾ ਬਣਾਉਣਾ, ਅਸੀਂ 50 mm ਵਾਲਾ ਸਿਸਟਮ ਬਣਾਉਣਾ, ਉਹ ਇਹੀ ਰਹਿਣੀ ਆ। ਰਾਣਾ ਜੀ, ਆਪਾਂ ਬਿਲਕੁਲ ਅਖੀਰ 'ਚ ਇੰਟਰਵਿਊ ਤੇ, ਮੈਨੂੰ ਇਹ ਦੱਸੋ ਗੱਡੀਆਂ ਦਾ ਸ਼ੌਂਕ ਰੱਖਦੇ ਹੋ, ਹੈ ਕੋਈ ਸ਼ੌਂਕ ਵੀ? ਮੈਨੂੰ ਕੋਈ ਸ਼ੌਂਕ ਨਹੀਂ, ਮੇਰੇ ਮੁੰਡਿਆਂ ਨੂੰ ਸ਼ੌਂਕ ਹੈ, ਸਾਡਾ ਬਾਪੂ ਚੰਗੀ ਗੱਡੀ ਤੇ ਚੜੇ, ਫਿਰ ਉਹਨਾਂ ਦੀ ਰੀਝ ਪੂਰੀ ਕਰਦੇ ਹੋ? ਉਹ ਮੇਰੀਆਂ ਰੀਝਾਂ ਪੂਰੀਆਂ ਕਰਦੇ ਆ, ਮੇਰਾ ਸਮਾਂ ਜਦ ਬੱਚਾ ਆਪਣੇ ਪੈਰਾਂ ਤੇ ਆਪ ਖੜਾ ਹੋ ਗਿਆ ਜੀ, ਉਹਦੇ ਬਾਅਦ ਪਿਓ ਦੀ ਡਿਊਟੀ ਥੋੜਾ ਉਹਦੀਆਂ ਰੀਝਾਂ ਪੂਰੀਆਂ ਕਰਨੀਆਂ ਨਾ, ਤੁਸੀਂ ਉਹਨਾਂ ਦੀ ਰੀਝ ਮਤਲਬ ਉਹ ਗੱਡੀ 'ਚ ਪੈਂਦੇ ਜਿਹੜੀ 'ਚੋਂ ਕਹਿੰਦੇ ਨੇ? ਅੱਛਾ, ਹਾਂਜੀ, ਦੇਖੋ ਮੇਰੀ ਪਿਓ ਦੀ ਜ਼ਿੰਮੇਵਾਰੀ ਉਹਨੂੰ ਅੱਛੀ ਐਜੂਕੇਸ਼ਨ ਦੇਣੀ, ਅੱਛੇ ਸੰਸਕਾਰ ਦੇਣੇ ਜੀ, ਤੇ ਕਿੱਤਾ ਕੋਈ ਵੀ ਹੋ ਸਕਦਾ ਤੇ ਉਹਦੇ 'ਚ ਪਾਉਣਾ, ਉਹਦੇ ਬਾਅਦ ਬਾਪ ਦੀ ਜ਼ਿੰਮੇਵਾਰੀ ਨਹੀਂ, ਬੇਟੇ ਨੇ ਬਾਪ ਦੀ ਰੀਝ ਪੂਰੀ ਕਰਨੀ, ਇਹੀ ਮੈਂ ਗੱਲ ਕਹੀ ਹੈ ਜੀ, ਲੇਕਿਨ ਮੇਰੀ ਰੀਝ ਨਹੀਂ ਹੁੰਦੀ, ਫਿਰ ਵੀ ਮੈਨੂੰ ਲੈ ਦਿੰਦੇ ਆ, ਮੈਂ ਬਹਿ ਜਾਂਦਾ ਜੀ।
ਐਵੇਂ ਉਹਨਾਂ ਦੀ ਖੁਸ਼ੀ ਸਪੈਸੀਫਿਕ ਕੁਛ ਨਹੀਂ ਹੈ ਵੀ ਮੈਨੂੰ ਕੁਛ ਨਹੀਂ ਮੈਂ ਤਾਂ ਆਪਣੀ ਗੱਡੀ ਛੱਡ ਕੇ ਮਰੂਤੀ ਜੇ ਕਿਸੇ ਨਾਲ ਗੱਲ ਕਰਨੀ ਉਹਦੀ 'ਚ ਬਹਿ ਜਾਂਦਾ ਕਹਿੰਦਾ ਡਰਾਈਵਰ ਹੈ ਨਹੀਂ ਮੈਂ ਚੱਲ ਤੇਰੀ ਗੱਲ ਸੁਣਨੀ ਆ ਆ 5 ਕਿਲੋਮੀਟਰ ਤੇਰੇ ਨਾਲ ਬਹਿ ਜਾਂਦੇ ਹਾਂ ਮੀਡੀਆ ਨਾਲ ਕਦੇ ਕਿਸੇ ਗੱਲ ਦਾ ਗੁੱਸਾ ਰਿਹਾ ਵੀ ਮੀਡੀਆ ਨੇ ਇਹ ਨਹੀਂ ਸੀ ਇਹ ਪੇਸ਼ ਕਰਤਾ ਜਾਂ ਕੁਛ ਕਦੇ ਇਤਰਾਜ਼ ਹੋਵੇ ਦੇਖੋ ਇਤਰਾਜ਼ ਕਰਨਾ ਨਹੀਂ ਚਾਹੀਦਾ ਮੀਡੀਆ ਤੁਹਾਨੂੰ ਬਹੁਤ ਕੁਛ ਦਿੰਦਾ ਜੀ ਦੇਖੋ ਹਸਾਇਆ ਕਿਸੇ ਨੂੰ ਯਾਦ ਨਹੀਂ ਰਹਿੰਦਾ ਬਿਲਕੁਲ ਰੋਇਆ ਯਾਦ ਰਹਿੰਦਾ ਤੇ ਰੋਂਦਾ ਤਾਂ ਕੋਈ ਥੋੜੀ ਦੇਰ ਲਈ ਹੈ ਨਾ ਉਹਨੂੰ ਲੈ ਕੇ ਬੈਠੇ ਰਹੋ ਲਾਈਫ ਕੀ ਆ ਲਾਈਫ 'ਚ ਬੜੇ ਚੰਗੇ ਬੜੇ ਮਾੜੇ ਕੰਮ ਹੋ ਜਾਂਦੇ ਆ ਜਿਹੜੇ ਤੁਸੀਂ ਨਹੀਂ ਚਾਹੁੰਦੇ ਤੁਹਾਡੇ ਨਾਲ ਉਹ ਵੀ ਹੋ ਜਾਂਦਾ ਮੂਵ ਫਾਰਵਰਡ ਚੜ੍ਹਦੀ ਕਲਾ 'ਚ ਰਹਿੰਦੇ ਹਰ ਟਾਈਮ ਮਾਲਕ ਦੀ ਕਿਰਪਾ ਬੰਦਾ ਕੋਈ ਚੀਜ਼ ਨਹੀਂ ਜੀ ਹੁਣ ਸੋਚਿਆ ਗਾ ਕਿ ਅੱਗੇ MLA ਵੀ ਬਣ ਗਏ MP ਵੀ ਕੈਬਨਿਟ ਮਿਨਿਸਟਰ ਵੀ ਰਹਿ ਲਏ ਹੁਣ ਕਦੇ ਸੋਚਿਆ ਵੀ ਹੁਣ ਇਹ ਹੋ ਜੇ ਤਾਂ ਠੀਕ ਹੈ ਜਾਂ ਜੋ ਹੋ ਰਿਹਾ ਠੀਕ ਹੈ ਵਧੀਆ ਦੇਖੋ ਅਸੀਂ ਤਾਂ ਵੱਟਾਂ 'ਤੇ ਤੁਰਨ ਵਾਲੇ ਲੋਕ ਸੀਗੇ ਖੇਤੀ ਵੱਡੀ ਛੋਟੀ ਦੀ ਨਹੀਂ ਗੱਲ ਬਿਲਕੁਲ ਜਿਮੀਦਾਰ ਤਾਂ ਵੱਟਾਂ 'ਤੇ ਤੁਰਦਾ ਤਾਂ ਕੰਨ ਦੇ ਪਿੱਛੇ ਹੱਥ ਮਾਰਨਾ ਖੱਟੀ ਜਿਹੀ ਖੁਸ਼ਬੂ ਆਉਂਦੀ ਆ ਪਿੱਤ ਹੋ ਜਾਂਦੀ ਹੁੰਦੀ ਬਿਲਕੁਲ ਜ਼ਮਾਨਾ ਸੀ ਪਿੱਤ ਹੋ ਜਾਂਦੀ ਸੀ ਜੀ ਤੇ ਰਗੜ ਕੇ ਉਹਨੂੰ ਖਾਜ ਕਰੀਦੀ ਸੀ ਹੁਣ ਮਾਲਕ ਦੀ ਕਿਰਪਾ ਇਹ ਸੋਚਿਆ ਸੀ ਕਦੇ ਆਪਾਂ ਏਸੀਆਂ 'ਚ ਬੈਠਾਂਗੇ ਆਪਾਂ ਕਦੇ ਸੋਚਿਆ ਸੀ ਕਿ ਵੀ ਮੈਂ ਕਾਰਖਾਨੇ ਮਨ 'ਚ ਸੀਗਾ ਕਿ ਮਾਲਕ ਇੰਨੀ ਕਿਰਪਾ ਕਰ ਦੂਗਾ ਆਪਾਂ ਮੈਂ ਤਾਂ ਸੋਚਿਆ ਨਹੀਂ ਸੀ ਮੈਂ ਰਾਜਨੀਤੀ 'ਚ ਆਊਂਗਾ ਮੈਂ ਸੋਚਿਆ ਨਹੀਂ ਸੀ ਕਿ ਤੁਹਾਡੇ ਵਰਗੇ ਪੱਤਰਕਾਰ ਮੇਰੀ ਇੰਟਰਵਿਊ ਲੈਣਗੇ ਤੇ ਹੁਣ ਮਾਲਕ ਦਾ ਸ਼ੁਕਰ ਹੀ ਆ ਜਿੰਨਾ ਕਿਹਾ ਸੋ ਸੋਚਣ ਦਾ ਕੁਛ ਨਹੀਂ ਹੋਣਾ ਮਾਲਕ ਦੀ ਜਦੋਂ ਮੈਂ ਇਹ ਨਹੀਂ ਸੋਚਿਆ ਮਾਲਕ ਨੇ ਇਹਨਾਂ ਦੇ ਦਿੱਤਾ ਤੇ ਮਾਲਕ ਜਿੱਥੇ ਪਹੁੰਚਾਊਗਾ ਜਿੱਥੇ ਰੱਖੇ ਉਹਦਾ ਇਹ ਧੰਨਵਾਦ ਜੀ ਰਾਣਾ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਿਤੇ ਤੁਸੀਂ ਸਮਾਂ ਦਿੱਤਾ ਖੁੱਲ੍ਹ ਕੇ ਗੱਲਾਂ ਬਾਤਾਂ ਹੋਈਆਂ ਬਹੁਤ ਬਹੁਤ ਧੰਨਵਾਦ ਤੁਹਾਡਾ ਓਕੇ ਪ੍ਰਭ ਥੈਂਕ ਯੂ ਸੋ ਇਹ ਸਨ ਰਾਣਾ ਗੁਰਜੀਤ ਗੱਲਾਂ ਬਾਤਾਂ ਤੁਸੀਂ ਸੁਣੀ ਲਈਆਂ ਨੇ ਬੇਬਾਕੀ ਦੇ ਨਾਲ ਇੰਟਰਵਿਊ ਕਰਦੇ ਨੇ ਅੱਜ ਵੀ ਕੀਤਾ ਕੁਛ ਸਵਾਲ ਜਿਹੜੇ ਹੋਰ ਸੀ ਹੁਣ ਤੱਕ ਸਾਹਮਣੇ ਨਹੀਂ ਆਏ ਸੀ ਉਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਇਸੇ ਤਰ੍ਹਾਂ ਫਿਰ ਤੋਂ ਹਾਜ਼ਰ ਹੋਵਾਂਗੇ ਮੈਨੂੰ ਦੇ ਆ ਗਿਆ ਧੰਨਵਾਦ